ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੰਦੀਪ ਰਾਜਪੁਰੀ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਵੀਡੀਓ ਹੈ ਜੀ, ਇੱਕ ਲੋਗੋ ਸੀਗਾ ਮੇਰੇ ਚੈਨਲ ਦਾ ਜੋ ਕਿ ਤੁਸੀਂ ਦੇਖ ਰਹੇ ਹੋ, ਕਿ ਪੁੱਛ ਰਹੇ ਸੀਗੇ ਕਿ ਉਹ ਮੁੱਛ ਵਗੈਰਾ ਕਿੱਦਾਂ ਲੱਗੇ ਅਤੇ ਉਹ ਲੋਗੋ ਕਿਸ 'ਚ ਬਣਿਆ ਹੋਇਆ, ਤਾਂ ਉਹ ਮੈਂ ਦੱਸ ਦੇਣਾ ਕਿਸ ਤਰ੍ਹਾਂ ਲਗਾਉਣੀ ਹੈ। ਬੋਰੀ ਸ਼ੋਰਟ ਵੀਡੀਓ ਹੋਏਗੀ, ਤਾਂ ਜਿਹੜੇ ਪਹਿਲੀ ਵਾਰ ਦੇਖ ਰਿਹਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਸਾਰੀਆਂ ਵੀਡੀਓ ਪੰਜਾਬੀ ਦੇ ਵਿੱਚ ਹੁੰਦੀਆਂ ਨੇ ਅਤੇ ਪ੍ਰੋਪਰ ਤਰੀਕੇ ਨਾਲ ਡਿਟੇਲ ਦੇ ਵਿੱਚ ਦੱਸਿਆ ਜਾਂਦਾ। ਸੋ ਉਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਪਲੱਸ ਬੈਲ ਆਈਕਨ 'ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਸਕੇ। ਤਾਂ ਵੀਡੀਓ ਨੂੰ ਸ਼ੁਰੂ ਕਰਾਂਗਾ ਜੀ। ਤੁਸੀਂ ਪਲੇ ਸਟੋਰ 'ਤੇ ਜਾ ਕੇ ਇੱਕ ਐਪ ਡਾਊਨਲੋਡ ਕਰਨਾ ਜੀ। ਸੋ ਉਹਦੇ ਵਾਸਤੇ ਇੱਕ ਲੋਗੋ ਮੇਕਰ ਐਪ ਹੈ, ਬਹੁਤ ਹੀ ਤੁਸੀਂ ਲੋਗੋ ਮੇਕਰ ਸਰਚ ਕਰਨਾ ਔਰ ਆਹ ਐਪ ਹੈ ਜੀ, ਠੀਕ ਹੈ ਜੀ। ਆਹ ਹੈਗਾ ਲੋਗੋ ਮੇਕਰ, ਇਹਦੀ ਮੈਂ MB ਦੱਸ ਦੇਣਾ ਕਿੰਨੇ MB ਦਾ ਹੋਊਗਾ ਇਹ। ਤੁਸੀਂ ਇਹਨੂੰ ਇੰਸਟਾਲ ਕਰ ਲੈਣਾ, ਆਹ ਦੇਖ ਲਓ ਤੁਸੀਂ ਇਹਦਾ ਆਹ ਉਹ ਹੈ ਆਈਕਨ ਹੈ, ਇਹਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਓਪਨ ਕਰ ਲਿਓ ਜੀ, ਠੀਕ ਹੈ ਜੀ। ਵੈਸੇ ਮੈਂ ਲਿੰਕ ਪਾ ਦੂੰਗਾ ਜੇ ਕਿਸੇ ਨੂੰ ਕਨਫਿਊਜ਼ਨ ਹੋਵੇ। ਤਾਂ ਲੋਗੋ ਮੇਕਰ ਨੂੰ ਤੁਸੀਂ ਓਪਨ ਕਰਨ ਤੋਂ ਬਾਅਦ ਤੁਸੀਂ ਤੁਹਾਡੇ ਕੋਲ ਇੱਦਾਂ ਦਾ ਇੰਟਰਫੇਸ ਖੁੱਲ ਜੂਗਾ ਔਰ ਤੁਸੀਂ ਇੱਥੇ ਕਲਿੱਕ ਕਰਨਾ ਪਹਿਲੇ ਤਾਂ ਕ੍ਰੀਏਟ ਲੋਗੋ ਫਰੋਮ ਸਕਰੈਚ। ਤਾਂ ਤੁਸੀਂ ਜਦੋਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਪਿੱਛੇ PNG ਬੈਕਗਰਾਊਂਡ ਹੈ ਇੱਕ। ਸੋ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਜੇ ਬੈਕਗਰਾਊਂਡ ਜਾਓਗੇ ਤਾਂ ਪਿੱਛੋਂ ਬੈਕਗਰਾਊਂਡ ਜਿੱਦਾਂ ਮੇਰਾ ਚੈਨਲ ਦਾ ਲੋਗੋ ਹੈ ਤਾਂ ਉਹਦੇ ਵਾਸਤੇ ਮੈਂ, ਤੁਸੀਂ ਜਿੱਦਾਂ ਦਾ ਵੀ ਬਣਾਉਣਾ ਚਾਹੋ, ਚੋਰਸ ਬਣਾਉਣਾ ਚਾਹੋ ਚੋਰਸ ਲੈ ਲੂਗਾ, ਗੋਲ ਬਣਾਉਣਾ ਚਾਹੋ ਜਿੱਦਾਂ ਮੈਂ ਇਹ ਇਹਦੇ ਉੱਤੇ ਬਣਾਇਆ ਸੀਗਾ ਤਾਂ ਮੈਂ ਇਹਨੂੰ ਸਿਲੈਕਟ ਕਰ ਲਿਆ। ਉਸ ਤੋਂ ਬਾਅਦ ਕੁਝ ਹੋਰ ਜਿਹੜੇ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਦੱਸ ਦੇਣਾ ਕੀ ਸਿਲੈਕਟ ਕਰਨਾ। ਬੈਕਗਰਾਊਂਡ ਆਪਣਾ ਸਿਲੈਕਟ ਹੋ ਗਿਆ, ਟੈਕਸਚਰ, ਜੇ ਤੁਸੀਂ ਟੈਕਸਚਰ 'ਤੇ ਜਾਓਗੇ ਤਾਂ ਇਸ ਤਰ੍ਹਾਂ ਇਹਨੂੰ ਟੈਕਸਚਰ ਮਿਲ ਜੂਗਾ, ਠੀਕ ਹੈ ਜੀ। ਆ ਕੋਈ ਵੀ ਟੈਕਸਚਰ ਲਗਾ ਸਕਦੇ ਤੁਸੀਂ, ਜੇ ਇਮੇਜ ਜਾਓਗੇ ਇਹਦੇ ਵਿੱਚ ਕੋਈ ਵੀ ਇਮੇਜ ਆ ਜੂਗੀ, ਤੁਸੀਂ ਕੈਮਰਾ ਜਾਂ ਗੈਲਰੀ ਤੋਂ ਕੋਈ ਵੀ ਇਮੇਜ ਖੋਲ ਸਕਦੇ ਹੋ ਇਹਦੇ ਵਿੱਚ। ਪਰ ਮੈਂ ਲਾਇਆ ਸੀ ਗ੍ਰੇਡੀਐਂਟ, ਤੁਸੀਂ ਗ੍ਰੇਡੀਐਂਟ ਜਿਹੜਾ ਮੇਰਾ ਪਿੰਕ ਬਲਿਊ ਸੀਗਾ ਤਾਂ ਤੁਸੀਂ ਪਿੰਕ ਨੂੰ ਥੋੜ੍ਹਾ ਜਿਹਾ ਇੱਦਾਂ ਸਿਲੈਕਟ ਕਰਕੇ ਤੁਸੀਂ ਉਹਨੂੰ ਲਗਾ ਸਕਦੇ ਹੋ, ਠੀਕ ਹੈ। ਮੈਂ ਥੋੜ੍ਹਾ ਰੈਡਿਸ਼ ਕਰ ਦਿੰਦਾ ਤਾਂ ਕਿ ਤੁਸੀਂ ਜਿਹੜਾ ਵੀ ਕਲਰ ਲਗਾਉਣਾ ਚਾਹੋ ਇੱਦਾਂ ਦੋ ਕਲਰ ਸਿਲੈਕਟ ਕਰ ਸਕਦੇ ਹੋ। ਤਾਂ ਉਹਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਓਕੇ ਦੱਬ ਦਿਓ ਤਾਂ ਉੱਦਾਂ ਪਿੱਛੋਂ ਕਲਰ ਹੋ ਜੂਗਾ। ਉਸ ਤੋਂ ਬਾਅਦ ਹੈਗਾ ਜੀ ਟੈਕਸਟ, ਇੱਥੇ ਟੈਕਸਟ ਐਡ ਕਰਨਾ। ਜਿੱਦਾਂ ਮੈਂ ਸਭ ਤੋਂ ਉੱਪਰ S ਤੋਂ ਮੇਰਾ ਨਾਮ ਪੈਂਦਾ ਸੀ ਤਾਂ ਮੈਂ S ਐਡ ਕੀਤਾ। ਤੁਸੀਂ ਓਕੇ ਕਰੋਗੇ, ਓਕੇ ਕਰੋਗੇ ਤੁਹਾਡੇ ਕੋਲ ਆ ਖੁੱਲ ਜੂਗਾ। ਉਸ ਤੋਂ ਬਾਅਦ ਓਕੇ ਕਰਨ ਤੋਂ ਬਾਅਦ ਤੁਸੀਂ ਇੱਥੋਂ ਇਹਦਾ ਸਾਈਜ਼ ਘਟਾ ਵਧਾ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਕਿ ਇੱਥੇ ਹੈਗਾ ਫੋਂਟ, ਫੋਂਟ ਜਿਹੜਾ ਮੈਂ ਸਿਲੈਕਟ ਕੀਤਾ ਹੋਇਆ ਸੀਗਾ, ਤੁਸੀਂ ਕਾਫੀ ਫੋਂਟ ਹੈ ਤੁਹਾਨੂੰ ਜਿਹੜਾ ਚੰਗਾ ਲੱਗੇ ਉਹ ਤੁਸੀਂ ਕਰ ਸਕਦੇ ਹੋ। ਵੈਸੇ ਮੈਂ ਜਿਹੜਾ ਫੋਂਟ ਸਿਲੈਕਟ ਕੀਤਾ ਸੀਗਾ ਉਹ ਸੀ ਆ ਵਾਲਾ, ਤਾਂ ਮੈਂ ਇਹਨੂੰ ਸਿਲੈਕਟ ਕਰ ਲਿਆ। ਤਾਂ ਥੋੜ੍ਹਾ ਜਿਹਾ ਮੈਂ ਸਾਈਜ਼ ਨੂੰ ਘਟਾ ਤਾ ਔਰ ਘਟਾਉਣ ਤੋਂ ਬਾਅਦ ਇਹਨੂੰ ਮੈਂ ਟੋਪ 'ਤੇ ਰੱਖਤਾ ਸੀਗਾ, ਤਾਂ ਇਸ ਤਰ੍ਹਾਂ ਮੈਂ ਇਹਨੂੰ ਰੱਖਤਾ। ਉਸ ਤੋਂ ਬਾਅਦ ਮੈਂ ਇਹਨੂੰ ਓਕੇ ਕਰਤਾ। ਉਸ ਤੋਂ ਬਾਅਦ ਫਿਰ ਤੁਸੀਂ, ਉਸ ਤੋਂ ਬਾਅਦ ਫਿਰ ਮੈਂ ਆਪਣਾ ਜਿਹੜਾ ਪੂਰਾ ਨਾਮ ਲਿਖਿਆ ਸੀ ਇੱਥੇ, ਜੋ ਵੀ ਮੇਰਾ ਨਾਮ ਸੀ, ਸੰਦੀਪ ਰਾਜਪੁਰੀ ਪਾ ਕੇ ਔਰ ਮੈਂ ਐਂਟਰ ਮਾਰ ਕੇ ਇੱਥੇ ਪਾਇਆ ਸੀ ਐਡੀਟਿੰਗ। ਸੋਰੀ, ਥੋੜ੍ਹੀ ਜਿਹੀ ਖੰਘ ਹੈ। ਤਾਂ ਇੱਦਾਂ ਆ ਜੂਗਾ ਫੋਂਟ, ਮੈਂ ਉਹੀ ਸੇਮ ਸਿਲੈਕਟ ਕੀਤਾ ਹੈ। ਹੁਣ ਤੁਸੀਂ ਦੇਖੋ ਇਹਦਾ ਸਾਈਜ਼ ਘਟਾਓਗੇ, ਜੇ ਇਸ ਤਰ੍ਹਾਂ ਘਟਾਓਗੇ ਨਾ ਤਾਂ ਛੋਟਾ ਹੋ ਰਿਹਾ, ਜੇ ਥੋੜ੍ਹਾ ਜਿਹਾ ਇੱਦਾਂ ਲੰਬਾ ਲੈ ਜਾਓਗੇ ਤਾਂ ਉਸ ਹਿਸਾਬ ਨਾਲ ਐਡਜਸਟ ਹੋਈ ਜਾਏਗਾ। ਤੁਸੀਂ ਇਸ ਤਰ੍ਹਾਂ ਐਡਜਸਟ ਕਰ ਲਿਓ ਵੀ ਰਾਜਪੁਰੀ ਜਿਹੜਾ ਉਹ ਉਹਦੇ ਨਾਲ ਆਵੇ ਅਤੇ ਐਡੀਟਿੰਗ ਥੱਲੇ ਆਵੇ। ਦੇਖੋ ਇਹਦੇ ਨਾਲ ਹੀ ਤੁਸੀਂ ਇਹਨੂੰ ਉਸ ਤਰ੍ਹਾਂ ਮੂਵ ਕਰਨਾ, ਠੀਕ ਹੈ ਜੀ। ਆਹ ਦੇਖੋ ਉਸ ਤਰ੍ਹਾਂ ਮੂਵ ਕਰਨਾ ਤਾਂ ਕਿ ਐਡੀਟਿੰਗ ਉੱਥੇ ਆਵੇ। ਉਸ ਤੋਂ ਬਾਅਦ ਮੈਂ ਇਹਨੂੰ ਇੱਥੇ ਰੱਖਿਆ ਸੀਗਾ, ਉਸ ਤੋਂ ਬਾਅਦ ਮੈਂ ਬਸ ਵਿੱਚ ਮੁੱਛ ਲਗਾਈ ਸੀਗੀ, ਉਹ ਮੈਂ ਦੱਸ ਦੇਣਾ ਕਿੱਦਾਂ ਲਗਾਉਣੀ ਹੈ ਜੀ। ਇੰਨਾ ਕੁ ਲੋਗੋ ਤਿਆਰ ਹੋ ਗਿਆ ਤੁਹਾਡਾ, ਵਿੱਚ ਮੁੱਛ ਲਗਾਉਣੀ ਤੁਸੀਂ ਉਹਦੇ ਲਈ ਤੁਸੀਂ ਕੀ ਕਰਨਾ ਜੀ, ਆਪਣੀ ਕੋਈ ਵੀ ਜੋ ਵੀ ਤੁਸੀਂ ਬਰਾਊਜ਼ਰ ਯੂਜ਼ ਕਰਦੇ ਹੋ, ਮੈਂ ਲਿੰਕ ਵੀ ਪਾ ਦਾਂਗਾ ਮੁੱਛ ਦਾ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਕਲਿੱਕ ਕਰਿਓ, ਡਿਸਕ੍ਰਿਪਸ਼ਨ 'ਚੋਂ ਖੁੱਲ ਜੂਗਾ, ਇੱਥੇ ਕਲਿੱਕ ਕਰਨਾ ਤੁਸੀਂ ਔਰ ਆਪਣੇ ਗੂਗਲ 'ਤੇ ਜਾਂ UC 'ਤੇ ਜਾ ਕੇ ਤੁਸੀਂ ਇੱਕ ਭਰਨਾ ਮੁਸਟੈਚਿਸ, ਠੀਕ ਹੈ ਜੀ, ਮੁਸਟੈਚਿਸ ਲੋਗੋ PNG ਇੰਨਾ ਟਾਈਪ ਕਰਨਾ ਔਰ ਇਹਨੂੰ ਸਰਚ ਕਰ ਲੈਣਾ। ਤੁਸੀਂ ਸਰਚ ਕਰੋਗੇ ਕਾਫੀ ਲੋਗੋ ਖੁੱਲ ਜਾਣਗੇ, ਅਤੇ ਕਲਿੱਕ ਕਰਨਾ ਤੁਸੀਂ 2 ਮਿੰਟ ਵੇਟ ਕਰਿਓ ਕਿ ਹਾਂ ਪਿੱਛੋਂ ਵਾਕਈ ਇਹ PNG ਹੈ। ਤਾਂ ਜਦੋਂ PNG ਹੈ ਵਾਕਈ ਉਹਨੂੰ ਇੱਥੇ ਕਲਿੱਕ ਕਰੀ ਰੱਖਿਓ ਔਰ ਤੁਸੀਂ ਡਾਊਨਲੋਡ ਇਮੇਜ, ਇੱਥੇ ਡਾਊਨਲੋਡਿੰਗ ਆ ਗਿਆ ਤਾਂ ਇਹ ਡਾਊਨਲੋਡ ਹੋ ਜੂਗੀ ਇਮੇਜ .png ਦੀ ਫਾਈਲ ਹੈ, ਤਾਂ ਇਹ ਤੁਹਾਡੀ ਫੇ ਡਾਊਨਲੋਡ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਫਿਰ ਉਹੀ ਆਪਣਾ ਜਿਹੜਾ ਪ੍ਰੋਜੈਕਟ ਹੈ ਉਹ ਖੋਲਿਓ। ਹੁਣ ਉਸ ਤੋਂ ਬਾਅਦ ਤੁਸੀਂ ਇਮੇਜ 'ਤੇ ਕਲਿੱਕ ਕਰਨਾ ਔਰ ਇੱਥੇ ਤੁਹਾਡੀ ਗੈਲਰੀ ਖੋਲ ਦੂਗਾ।
गैलरी तो बाद तुसी वो फोटो नू सिलेक्ट कर लियो ते एक क्रॉपिंग क्रूपिंग जिन्नी थोड़ी पूरी फोटो जिन्नी ते आवे उन्हूं सिलेक्ट करके तुसी ओके दब देना और मुझ आ जूगी और यदा साइज जोड़ा अपने हिसाब ना तुसी जो भी रखना उन्हूं करके तुसी ओके कर सकते हो। इनू जिदा मैं यदा साइज है वधाना घटाना तुसी करके आ देखो ये सेंटर का निशान आता है जी जो आ लाल लकीर हो रही है ना ये उपर इतने लाल लकीर हो जाती है तो यह सेंटर दिखाती है जी तो तुसी जिदा थानू लगे भी ये सेंटर ते हो गया तुसी इनू ओके कर देना। तो इदा तुसी मतलब मुछ लगा के जो लोगो बनाना चाहे तो इदा बना सकते हो तो बाद इनू ओके कर दियो तो उन्होंने सेव एज आ इमेज करोगे तो यह गैलरी से चली जूगी। सेव एज आ डिज़ाइन करोगे तो इतनी डिज़ाइन सेव हो जूगा। तुसी कदे इस ते दोबारा काम करना चाहो तो कर सकते हो। मैं सेव एज आ इमेज करूँगा। एक काम तुसी जरूर करो कि जो तुसी इनू सेव कर दोगे जो तुसी गैलरी से खोलोगे तो यदा जो लोगो मेकर है यदा थले लोगो आऊगा बनया तो उन्होंने बंद किदा करना तुसी उहदे लई तुसी पिक्सआर्ट एक ऐप हैगा प्ले स्टोर से वो पहला भी आपां वीडियो कीती पिक्सआर्ट नूं खोलना है। पिक्सआर्ट नूं खोल के वो फोटो नूं तुसी सिंपली एडिट ते जाके ऐड कर लेना तो उस तो बाद की करना फोटो ऐड करन तो बाद मैं अगे दसदा जी। तो फोटो खोलन तो बाद तुसी इहनूं किदां कट्टना जी इस ते जाण तो बाद तुसी जाना जी टूल्स इहदे विच हैगा जी फ्री क्रोप तो फ्री क्रोप पर क्लिक करने तो बाद जिस चीज़ में क्रोपिंग करनी है ना उन्होंने सिलेक्ट कर लो सारे ही तुम इनू सारे पहले सिलेक्ट कर लियो जिस जिस चीज़ में तुम्हें चाहिए सिर्फ वह थले जूम करके कल उन्होंने नहीं सिलेक्ट करना ठीक है जी। तुम सिर्फ जेदा उदा नाम आ रहा उन्होंने सिलेक्ट ना करो तो इदा तुम सारे बाकी सारी चीज़ में तुम सिलेक्ट कर लेना उन्होंने सिलेक्ट ना करो और तुम एंटर मार दो थोड़ा जहा जो नाम आ रहा थोड़ा लग रहा नाम आ रहा तो तुम बैक चले जाओ दोबारा उन्होंने इतों रेजर तो क्लिक करके इनू रेजर तो कट सकते हो। कटने तो बाद थोड़ा जहा इनू अपने तरीके प्रोपर जो थोड़ा लगे भी सिलेक्ट हो गया तो उस तो बाद तुसी की है इनू ओके कर दियो तो इदा हो जूगा उन्होंने सेव कर दियो और जो भी तुसी अपने चैनल ते जिथे भी तुसी लगाना चाहो उन्होंने लगा सकते हो। तो एक मैं बेनती करांगा कि एक मैं लिंक पावांगा डाटा बड़ी ऐप का सो उन्होंने जरूर डाउनलोड करे वो मैनू 10 रुपये मिल जाएंगे क्योंकि मैं लाइट पास खोलना फायर फ्री फायर का और ओहो जे कोई कर सकता जरूर करे सिर्फ साइन अप करना है तुसी नंबर भर के ते तुसी कुछ नहीं करना। थैंक यू थैंक्स फॉर वॉचिंग ते बैल आइकन जरूर दबा दिओ तां जो अग्गे दियां वीडियो आ जाण। अगलियां वीडियो जिहड़ियां होणगियां एक वीडियो करांगा जी मैं अगली वीडियो जिहड़ी होएगी मेरी काइन मास्टर दे यूज़ दी होएगी कंप्लीट यूज़ उस तो अगली वीडियो होएगी मेरी एक एडवांस टाइपिंग ट्यूटोरियल पावांगा जिहदे विच तुहानू काइन मास्टर दे विच जिहड़ी एनीमेशन है ने उह तां है ने प्लस आपां खुद एनीमेशन किद्दां उहदे विच बना सकदे ऐड कर सकदे बहुत अच्छी वीडियो मैं तुहानू उह पावांगा। मैं तुहानू एक वीडियो भी दिखा दिंदा जिहड़ी मेरे को पई है मैं तुहानू दिखाना भी ता देखो तुसी वीडियो मैं खुद एडिट की सी इच देखियो ये जिहड़ियां एनीमेशन आनगियां इत्थे ता अलग अलग एनीमेशन आनगियां वो मैं खुद ऐड कीतियां ने खुद बनाईयां ने वो किद्दां बना सकदे इहदा मैं ट्यूटोरियल पावांगा तुसी एक बार चैक कर लो। देखो मैं म्यूज़ की ऐड किया क्यों ना तेरी फिक्र करा सरदार आवे देखो इस तरह बार पत्तियां जी आ रही ने जिदा वो टैक्सट आ रहा है एंड तुम देखोगे जोड़ा संदीप एडिटिंग आ रहा है भी पूरा मैं कंप्लीट किया हो कलर चेंज किए हैं हरेक तो और देखो इस तरह अलग अलग चीज़ा आ रही ने ये तो भी वधिया चीज़ थानू मैं दसूँगा जोड़ा मैं अगला ट्यूटोरियल पावगा तो तुम चैनल में सबसक्राइब प्लस बैल आइकन पर क्लिक कर दौ तो नोटिफिकेशन आ सके। थैंक्स थैंक्स फॉर वॉचिंग।